ਸਤ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਆਸ ਉਮੀਦ ਆ ਸਾਰੇ ਚੜ੍ਹਦੀ ਕਲਾ ਚ ਹੋਊਗੇ ਤੇ ਆਪਾਂ ਵੀ ਠੀਕ ਆ। ਆਵਾਜ਼ ਥੋੜੀ ਜੀ ਹੋ ਸਕਦਾ ਘੱਟ ਵੱਧ ਹੋਵੇ ਤਾਂ ਚਲਾ ਲਿਓ ਕੰਮ, ਕਿਉਂਕਿ ਆਪਣੇ ਕੋਲ ਅੱਜ ਮਾਈਕ ਮੂਈਕ ਹੈ ਨਹੀਂਗਾ, ਮੈਂ ਫੋਨ ਤੋਂ ਹੀ ਚਾਲੂ ਕਰ ਲਿਆ ਕੰਮ, ਹਨਾ। ਤੇ ਉਦਾਂ ਤੁਹਾਨੂੰ ਦਿਖਾ ਦਿੰਦੇ ਆ ਰੌਣਕ ਮੇਲਾ। ਗੱਲ ਹੈ ਕਿ ਇਦਾਂ ਨਾਲੇ ਇਦਾਂ ਮੂੰਹ ਦੇ ਲਾਗੇ ਹੋ ਜਾਂਦਾ, ਹਨਾ। ਤੇ ਤੁਹਾਡੇ ਕਾਫੀ ਸਾਰੇ ਕਮੈਂਟਸ ਵਗੈਰਾ ਆਏ ਸੀ, ਮੈਸੇਜ ਵੀ ਆਉਂਦੇ ਰਹਿੰਦੇ ਆ, ਹਰ ਦੂਏ ਤੀਏ ਦਿਨ ਕੋਈ ਨਾ ਕੋਈ ਬੰਦਾ ਪੁੱਛਦਾ ਰਹਿੰਦਾ ਕਿ ਬਾਈ ਜੀ ਕੀ ਹਿਸਾਬ ਕਿਤਾਬ ਆ ਟਰੱਕ ਦੇ ਲਾਇਸੈਂਸ ਦਾ, ਹਨਾ, ਯੂਕੇ ਦੇ ਵਿੱਚ, ਇੰਗਲੈਂਡ ਦੇ ਵਿੱਚ। ਅਤੇ ਮੈਂ ਕਿਹਾ ਚੱਲ ਥੋੜ੍ਹੀ ਜਿਹੀ ਇਨਫੋਰਮੇਸ਼ਨ ਜਿਹੜੀ ਹੈ, ਕਾਫੀ ਸਾਰੇ ਕਮੈਂਟ ਹੁੰਦੇ ਨਾ ਉਹਨਾਂ ਨੂੰ ਕਲੀਅਰ ਕਰ ਦਿੰਦੇ, ਡਾਊਟ ਕਲੀਅਰ ਕਰ ਦਿੰਦੇ ਹਾਂ। ਅਤੇ ਮੈਂ ਜਾਂਦਾ ਸੀਗਾ ਬਰਮਿੰਘਮ ਨੂੰ, ਅਤੇ ਆਪਣੇ ਜਿਹੜੇ ਹਨਾ ਨੀਂਦ ਦੇ ਨਾਲ ਬੁਰੇ ਹਾਲ ਹੋਏ ਪਏ ਸੀ, ਮੈਂ ਕਿਹਾ ਚੱਲ ਨਾਲੇ ਤਾਂ ਬ੍ਰੇਕ ਕਰਦੇ ਹਾਂ ਘੜੀ। ਅਤੇ ਹੁਣ ਮੈਨੂੰ ਆਈਡੀਆ ਆਇਆ ਕਿ ਜਿਹੜੀ ਮੇਰੀ ਫੇਵਰੇਟ ਚੀਜ਼ ਆ ਉਹ ਕਰ ਲੈਂਦੇ ਨਾਲ, ਹਨਾ। ਅਤੇ ਨਾਲੇ ਬੋਤਲ ਕੋਕ ਦੀ ਲੈ ਲਈ ਸੀ, ਅਤੇ ਹੋਰ ਤਾਂ ਆਪਾਂ ਪੀਂਦੇ ਨਹੀਂ ਕੁਛ, ਲੱਲਾ ਭੱਬਾ। ਅਤੇ ਮੈਂ ਕਿਹਾ ਨਾਲੇ ਤਾਂ ਆਹ ਹੋ ਜੂਗਾ, ਵੀਡੀਓ ਬਣ ਜੂਗੀ, ਨਾਲੇ ਥੋੜ੍ਹੀ ਜਿਹੀ ਨੀਂਦ ਉੱਡ ਜੂਗੀ। ਅਤੇ ਗਰਮੀ ਸੱਚੀ ਬਹੁਤ ਆ ਅੱਜ ਬਾਈ ਜੀ, ਅਤੇ ਗਰਮੀ ਸੱਚੀ ਬਹੁਤ ਆ ਅੱਜ। ਫਰੀਜ਼ਰ ਫਰਿੱਜਾਂ ਚੱਲਦੀਆਂ ਅਤੇ ਇਹਨਾਂ ਦਾ ਖੜਕਾ ਸੁਣਦਾ, ਹੈ ਨਾ, ਹੁਣਾਂ ਤੁਹਾਨੂੰ ਪਤਾ ਨਹੀਂ ਸੁਣਦਾ ਕਿ ਨਹੀਂ ਸੁਣਦਾ। ਐਨੀਵੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ, ਇਨਫੋਰਮੇਟਿਵ ਵੀਡੀਓ ਹੋਣੀ ਅੱਜ, ਹੈ ਨਾ। ਬਹੁਤਾ ਮੈਂ ਤੁਹਾਨੂੰ ਉਹੀ ਐਕਸਪਲੇਨ ਕਰਨਾ ਕਿ ਇਹਦੇ ਵਿੱਚ ਕੀ ਹੋ ਸਕਦਾ, ਕਿੱਦਾਂ ਕਿੱਦਾਂ ਆ ਚੀਜ਼ਾਂ। ਅੱਛਾ, ਗੱਲ ਹੈਗੀ ਇੱਦਾਂ ਵੀ ਜੇ ਤਾਂ ਤੁਸੀਂ ਇੰਗਲੈਂਡ ਦੇ ਵਿੱਚ ਹੈਗੇ ਆ, ਹੈ ਨਾ, ਸਭ ਤੋਂ ਚੰਗੀ ਚੀਜ਼ ਆ। ਜੇ ਨਹੀਂ ਹੈਗੇ ਹਲੇ ਤਾਂ ਫਿਰ ਤੁਹਾਡਾ ਕੋਈ ਫਾਇਦਾ ਨਹੀਂ ਵਾਲਾ ਇਹ ਵੀਡੀਓ ਦੇਖਣ ਦਾ, ਕਿਉਂਕਿ ਜਦੋਂ ਤੁਸੀਂ ਇੱਥੇ ਆਉਂਦੇ ਆ ਸਭ ਤੋਂ ਪਹਿਲਾਂ ਮੈਂ ਘੁੱਟ ਭਰ ਲਵਾਂ ਯਾਰ, ਹਾਏ ਹਾਏ, ਇਹ ਫੋਨ ਨੂੰ ਕਿਤੇ ਟਕਾਉਣ ਟਕਾਉਣ ਦਾ ਵੀ ਨਹੀਂ ਕੋਈ ਜੁਗਾੜ ਬਣਦਾ ਆਪਣਾ। ਦੇਖੀ ਕਿਤੇ ਲੀੜੇ ਨਾਲ ਲਿਬੜਦੀ ਗਰੀਬ ਦੇ। ਹਾਂ, ਚਿਲ ਮੋੜਿਆ। ਅੱਛਾ, ਪਹਿਲੀ ਗੱਲ, ਤੁਹਾਡੇ ਕੋਲ ਵੀਜ਼ਾ ਹੋਣਾ ਚਾਹੀਦਾ ਇੰਗਲੈਂਡ, ਤੁਹਾਡੇ ਕੋਲ ਹੋਵੇ ਸਟੂਡੈਂਟ ਵੀਜ਼ਾ ਜਾਂ ਡਿਪੈਂਡੈਂਟ ਵੀਜ਼ਾ ਹੋਵੇ ਜਾਂ ਵਿਆਹ ਦਾ ਵੀਜ਼ਾ ਹੋਵੇ, ਯਾਨੀ ਕਿ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਇੱਥੇ 6 ਮਹੀਨਿਆਂ ਤੋਂ ਉੱਤੇ ਦੇ ਵੀਜ਼ੇ 'ਤੇ ਹੋਵੋ। ਅਤੇ ਹਾਂ, ਉਹਦੇ ਨਾਲ ਹੀ ਇੱਕ ਕੁਐਸਚਨ ਹੋਰ ਹੁੰਦਾ ਕਿ ਬਾਈ ਜੀ ਜਿਹੜਾ ਹੈਗਾ ਆ ਵਿਜ਼ਿਟਰ ਵੀਜ਼ਾ ਕੰਪਲੀਟ ਕਨਵਰਟ ਹੋ ਜਾਂਦਾ, ਉਹ ਯਾਰ ਇੱਥੇ ਨਹੀਂ ਹੁੰਦਾ, ਕੈਨੇਡਾ ਅਮੈਰੀਕਾ ਵੱਲ ਹੋ ਜਾਂਦਾ ਸ਼ਾਇਦ, ਹੈ ਨਾ, ਅਤੇ ਇੱਥੇ ਨਹੀਂ ਹੁੰਦਾ ਹੈਗਾ ਜਿੰਨਾ ਕੁ ਮੈਨੂੰ ਪਤਾ ਆ। ਅਤੇ ਉਸ ਤੋਂ ਅਗਲੀ ਚੀਜ਼ ਆ ਗਈ ਕਿ ਤੁਹਾਡੇ ਕੋਲ 6 ਮਹੀਨਿਆਂ ਤੋਂ ਵੱਧ ਦਾ ਵੀਜ਼ਾ ਹੋਵੇ, ਫਿਰ ਭਾਵੇਂ ਤੁਸੀਂ ਦੂਜੇ ਦਿਨ ਹੀ ਨਾ ਇੱਥੇ ਆ ਕੇ ਜਦੋਂ ਤੁਹਾਨੂੰ BRP ਕਾਰਡ ਮਿਲ ਗਿਆ ਫਿਰ ਤੁਸੀਂ ਉਹਨੂੰ ਅਪਲਾਈ ਕਰ ਦੇਣਾ, ਲਾਇਸੈਂਸ ਪ੍ਰੋਵੀਜ਼ਨਲ ਕਾਰ ਦਾ ਪਹਿਲਾਂ ਬਣਨਾ ਤੁਹਾਡਾ, ਠੀਕ ਹੈ। ਜਦੋਂ ਤੁਸੀਂ ਕਾਰ ਦਾ ਪ੍ਰੋਵੀਜ਼ਨਲ ਲਾਇਸੈਂਸ ਅਪਲਾਈ ਕਰ ਦਿੱਤਾ ਫਿਰ ਤੁਹਾਡਾ ਉਹਨਾਂ ਨੇ ਉਹਦੇ ਨਾਲ ਕੀ ਭੇਜਣਾ ਹੁੰਦਾ, ਉਹਦੇ ਨਾਲ ਭੇਜਣਾ BRP ਕਾਰਡ, ਰੀਜਨਲ ਪਾਸਪੋਰਟ, ਇੱਕ ਭੇਜਣਾ ਹੁੰਦਾ ਵਾਪਸੀ ਲਈ ਲਿਫਾਫਾ, ਤਾਂ ਕਿ ਉਹਨਾਂ ਨੂੰ ਖਰਚਾ ਨਾ ਕਰਨਾ ਪਵੇ, ਉਹ ਤੁਸੀਂ ਉਹਨਾਂ ਨੂੰ ਲਿਫਾਫਾ ਦੇ ਦਿਓ ਤਾਂ ਉਹ ਤੁਹਾਨੂੰ ਉਹਦੇ ਵਿੱਚ ਹੀ ਭੇਜ ਸਕਦੇ ਆ ਵਾਪਸ, ਹੈ ਨਾ। ਜੇ ਨੋਰਮਲ ਡਿਲੀਵਰੀ ਭੇਜੀ ਤਾਂ ਫਿਰ ਉਹ ਕਈ ਵਾਰੀ ਉਹ ਨੋਰਮਲ ਭੇਜ ਦਿੰਦੇ, ਹੋ ਸਕਦਾ ਮਿਲੇ ਹੋ ਸਕਦਾ ਨਾ ਮਿਲੇ, ਸੋ ਉਹ ਰਿਕਾਰਡਡ ਲਿਫਾਫਾ ਜ਼ਰੂਰ ਭੇਜਣਾ ਨਾਲ, ਉਹ 8-10 ਪਾਉਂਡ ਲੱਗਦੇ ਆ ਤੁਹਾਨੂੰ ਭੇਜਣ ਦੇ, ਬਟ ਇਹ ਆ ਕਿ ਤੁਹਾਡੀ ਜਾਨ ਮੁੜ ਕੇ ਸੌਖੀ ਰਹਿੰਦੀ ਆ, ਕਿੱਥੇ ਮੁੜ ਕੇ ਨਵਾਂ ਬਣਵਾਉਂਦੇ ਫਿਰੂੰਗੇ, ਹੈ ਨਾ। ਇੱਕ ਇਹ ਚੀਜ਼ ਹੋ ਗਈ, ਉਹ ਤੋਂ ਅਗਲੀ ਚੀਜ਼ ਹੋ ਗਈ ਜਦੋਂ ਤੁਸੀਂ ਇਹ ਅਪਲਾਈ ਕਰ ਦਿੱਤਾ ਫਿਰ ਤੁਸੀਂ ਨਾਲ ਥਿਊਰੀ ਦੀ ਬੁੱਕ ਲੈ ਲਓ ਜਾਂ ਐਪ ਪੜ੍ਹ ਲਓ, ਹੈ ਨਾ, ਐਪ ਦੇ ਉੱਤੋਂ ਕਰਨ ਲੱਗ ਪਓ। ਅੱਜ ਕੱਲ੍ਹ ਬਹੁਤੇ ਮੁੰਡੇ ਕੁੜੀਆਂ ਐਪ ਤੋਂ ਕਰਦੇ ਆ, ਉਹ ਵੀ ਠੀਕ ਹੈ, ਉਹ ਤੁਹਾਡੀ ਤਿਆਰੀ ਸ਼ੁਰੂ ਹੋ ਗਈ ਆ ਉੱਧਰੋਂ ਨਾਲੋਂ ਨਾਲ, ਅਤੇ ਨਾਲ ਹੀ ਤੁਹਾਡਾ ਪ੍ਰੋਵੀਜ਼ਨਲ ਲਾਇਸੈਂਸ ਬਣ ਕੇ ਆ ਜਾਣਾ ਕਾਰ ਦਾ। ਜਦੋਂ ਕਾਰ ਦਾ ਬਣ ਕੇ ਆ ਗਿਆ ਫਿਰ ਤੁਸੀਂ ਪਹਿਲਾਂ ਥਿਊਰੀ ਬੁੱਕ ਕਰਨੀ, ਯਾਨੀ ਕਿ ਪਹਿਲਾਂ ਪੜ੍ਹਾਈ ਲਿਖਾਈ ਹੋਣੀ ਆ, ਫਿਰ ਜਦੋਂ ਉਹ 'ਚੋਂ ਪਾਸ ਹੋ ਗਿਆ, ਉਹ ਆਈ ਥਿੰਕ 50 'ਚੋਂ 43 ਨੰਬਰ ਚਾਹੀਦੇ ਹੁੰਦੇ ਆ, ਉਹ ਇੰਗਲਿਸ਼ 'ਚ ਹੀ ਹੁੰਦਾ ਟੈਸਟ। ਅਤੇ ਇਹਦੀ ਫੀਸ ਆ ਜਿਹੜੀ ਉਹ ਮੈਨੂੰ ਲੱਗਦਾ 40-45 ਪਾਉਂਡ ਹੁੰਦੀ ਆ, ਅਤੇ ਬਾਕੀ ਕਨਫਰਮੇਸ਼ਨ ਕਰ ਲਿਓ। ਹਾਂ, ਸੱਚ, ਇੱਕ ਗੱਲ ਹੋਰ, ਪੋਸਟ ਆਫਿਸ 'ਚ ਜਾ ਕੇ ਉੱਥੋਂ ਫੋਰਮ ਲੈ ਆਉਣਾ, ਉਹ ਫ੍ਰੀ ਹੁੰਦਾ ਆ, ਉਹ ਤੁਸੀਂ ਭਰ ਕੇ ਭੇਜਣਾ ਆ, ਹੈ ਨਾ। ਜੇ ਨਹੀਂ ਪਤਾ ਲੱਗਦਾ ਉਹਦੇ ਨਾਲ ਹੀ, ਹੈ ਨਾ, ਉਹਨਾਂ ਨੇ ਦਿੱਤਾ ਹੁੰਦਾ ਐਗਜ਼ਾਮਪਲ ਵੀ ਦਿੱਤਾ ਹੁੰਦਾ, ਸਾਰਾ ਕੁਛ ਲਿਖਿਆ ਹੁੰਦਾ, ਉਹ ਤੁਸੀਂ ਭਰ ਸਕਦੇ ਹਾਂ। ਜੇ ਨਹੀਂ ਪਤਾ ਲੱਗਦਾ ਫਿਰ ਕਿਸੇ ਦੀ ਹੈਲਪ ਲੈ ਲਿਓ, ਲੋਕਲ ਕੋਈ ਨਾ ਕੋਈ ਭਲਾ ਕਰ ਹੀ ਦਿੰਦਾ ਹੁੰਦਾ ਕਿਸੇ ਨਾ ਕਿਸੇ ਦਾ। ਫਿਰ ਤੁਹਾਡੀ ਥਿਊਰੀ ਪਾਸ ਹੋ ਗਈ, ਫਿਰ ਤੁਹਾਨੂੰ ਲੈਸਨ ਲੈਣ ਲਈ ਬੰਦਾ ਚਾਹੀਦਾ ਜਾਂ ਬੰਦੀ ਚਾਹੀਦੀ ਆ, ਤੁਸੀਂ ਜਿਹਦੇ ਲਈ ਕਾਰ ਦੇ ਲੈਸਨ ਲੈਣੇ, ਹੈ ਨਾ। ਅਤੇ ਇੱਥੇ ਵੀਰੇ ਥੋੜ੍ਹੇ ਜਿਹੇ ਲੈਸਨ ਲੈਣੇ ਹੀ ਪੈਂਦੇ ਆ, ਚਾਹੇ ਤੁਸੀਂ 15 ਸਾਲ ਗੱਡੀ ਚਲਾਈ ਆ, ਚਾਹੇ 5 ਮਹੀਨੇ ਚਲਾਈ, ਚਾਹੇ ਚਲਾਈ ਨਹੀਂ ਹੈਗੀ, ਹੈ ਨਾ। ਸੋ ਉਹ ਥੋੜ੍ਹੇ ਜਿਹੇ ਲੈਸਨ ਲੈ ਕੇ ਉਦੋਂ ਬਾਅਦ 'ਚ ਤੁਸੀਂ ਜਦੋਂ ਪਾਸ ਹੋ ਗਏ ਫਿਰ ਤੁਹਾਨੂੰ ਮਿਲ ਜਾਣਾ ਕਾਰ ਦਾ ਲਾਇਸੈਂਸ, ਠੀਕ ਹੈ।
ਉਹਦੇ ਵਿੱਚ ਤੁਸੀਂ ਇਦਾਂ ਦੀਆਂ ਵੈਨਾਂ ਵੀ ਚਲਾ ਸਕਦੇ ਆ, ਆਹ ਕਾਰਾਂ ਚਲਾ ਸਕਦੇ, ਉਹ ਵੈਨ ਵੀ ਚਲਾ ਸਕਦੇ, ਹੈ ਨਾ, ਆਹ ਵੈਨ ਵੀ ਚਲਾ ਸਕਦੇ, ਬਟ ਆਹ ਟਰੱਕ ਨੂੰ ਹੱਥ ਨਹੀਂ ਪਾਉਣਾ, ਠੀਕ ਆ। ਸੋ ਜਦੋਂ ਇਹ ਚੀਜ਼ ਹੋ ਗਈ ਆ, ਉਦੋਂ ਬਾਅਦ 'ਚ ਫਿਰ ਭਾਵੇਂ ਤੁਸੀਂ ਜੇ 21 ਸਾਲਾਂ ਤੋਂ ਉੱਤੇ ਆ, ਦੂਜੇ ਦਿਨ ਹੀ ਤੁਸੀਂ ਟਰੱਕ ਦਾ ਲਾਇਸੈਂਸ ਸ਼ੁਰੂ ਕਰ ਸਕਦੇ ਆ। ਫਿਰ ਉਹਦੇ ਲਈ ਤੁਹਾਨੂੰ ਕੀ ਚਾਹੀਦਾ, ਉਹਦੇ ਲਈ D2 ਫਾਰਮ ਹੁੰਦਾ, ਪੋਸਟ ਆਫਿਸ 'ਚੋਂ ਲੈ ਆਉਣਾ ਚੱਕ ਕੇ। ਫਿਰ ਇਹ ਗੱਲ ਜ਼ਰੂਰੀ ਆ, ਇਹ ਫਿਰ ਫ੍ਰੀ ਹੁੰਦਾ ਆ ਜਦੋਂ ਇਹ ਲੈ ਆਉਂਦਾ ਫਾਰਮ। ਫਿਰ ਤੁਸੀਂ ਇਹਨੂੰ ਭਰ ਕੇ ਭੇਜਣ ਤੋਂ ਪਹਿਲਾਂ ਤੁਹਾਨੂੰ ਚਾਹੀਦੀ ਆ ਮੈਡੀਕਲ ਕਰਾਉਣਾ ਕਿ ਬੰਦਾ ਫਿੱਟ ਆ। ਫਿਰ ਨਾ ਤੁਸੀਂ ਕਿਸੇ ਡਾਕਟਰ ਦੇ ਕੋਲ ਜਾਣਾ, GP ਦੇ ਕੋਲ ਚਲ ਜਾਓ ਜਾਂ ਕਈ ਡਾਕਟਰ ਹੁੰਦੇ ਹੈ ਨਾ, ਅਤੇ ਉਹਨਾਂ ਦੇ ਕੋਲ ਜਾ ਕੇ ਫਿਰ ਤੁਸੀਂ ਮੈਡੀਕਲ ਕਰਾਉਣਾ। ਉਹਨਾਂ ਨੇ ਕੀ ਦੇਖਣਾ ਆ, ਉਹਨੇ ਦੇਖਣਾ ਵੀ ਇਹ ਬੰਦਾ ਇੱਥੋਂ ਹੈ ਨਾ ਨੰਬਰ ਪਲੇਟ 20 ਮੀਟਰ ਪੜ੍ਹ ਸਕਦਾ, ਉਹਨੇ ਤੁਹਾਡੀਆਂ ਅੱਖਾਂ ਚੈੱਕ ਕਰਨੀਆਂ, ਸ਼ੂਗਰ ਚੈੱਕ ਕਰਨੀਆਂ, ਬਲੱਡ ਪ੍ਰੈਸ਼ਰ ਚੈੱਕ ਕਰਨਾ, ਇੱਦਾਂ 2-4 ਚੀਜ਼ਾਂ ਚੈੱਕ ਕਰਕੇ ਫਿਰ ਉਹਨੇ ਤੁਹਾਨੂੰ ਫਾਰਮ ਭਰ ਕੇ ਦੇ ਦੇਣਾ ਕਿ ਹਾਂ ਠੀਕ ਆ, ਜਾ ਸਿਮਰਨ ਜੀ ਲੈ ਆਪਣੀ ਜ਼ਿੰਦਗੀ। ਫਿਰ ਸਿਮਰਨ ਉਹਨਾਂ ਨੇ ਕੀ ਕਰਨਾ, ਫਿਰ ਉਹਨਾਂ ਨੇ ਆਪਣਾ ਲਾਇਸੈਂਸ ਆ ਜਿਹੜਾ ਉਹ DVLA ਨੂੰ ਭੇਜ ਦੇਣਾ, ਹੈ ਨਾ। ਜਦੋਂ ਭੇਜ ਦਿੱਤਾ ਅਤੇ ਉਹਦੇ ਨਾਲ ਲਿਖਿਆ ਵੀ ਹੁੰਦਾ ਵੈਸੇ ਇਹ ਸਾਰੀਆਂ ਡੀਟੇਲਸ, ਪਰ ਆਪਾਂ ਹੁਣ ਪੰਜਾਬੀ ਆ ਤਾਂ ਦੱਸ ਦਿੰਦੇ ਹਾਂ। ਫਿਰ ਜਦੋਂ ਉਹ ਤੁਸੀਂ ਸਾਰੀਆਂ ਚੀਜ਼ਾਂ ਭੇਜ ਦਿੱਤੀਆਂ, ਫਿਰ ਉਹ ਤੁਹਾਡਾ ਟਰੱਕ ਦਾ ਪ੍ਰੋਵੀਜ਼ਨਲ ਲਾਇਸੈਂਸ ਬਣ ਕੇ ਆ ਜਾਣਾ। ਜਦੋਂ ਉਹ ਬਣ ਕੇ ਆ ਗਿਆ, ਨਾਲ ਤੁਸੀਂ ਫਿਰ ਉੱਦਾਂ ਹੀ ਥਿਊਰੀ ਦੀ ਤਿਆਰੀ ਸ਼ੁਰੂ ਕਰ ਦਿਓ। ਜਦੋਂ ਤੁਹਾਡੀ ਥਿਊਰੀ ਦੀ ਤਿਆਰੀ ਚੱਲ ਰਹੀ ਆ, ਫਿਰ ਉਹਦੇ ਨਾਲ ਨਾਲ ਤੁਸੀਂ ਕੀ ਕਰਨਾ, ਰੱਬ ਤੁਹਾਡਾ ਭਲਾ ਕਰੇ, ਫਿਰ ਤੁਸੀਂ ਨਾ ਜਦੋਂ ਆ ਗਿਆ ਫਿਰ ਤੁਸੀਂ ਥਿਊਰੀ ਬੁੱਕ ਕਰ ਸਕਦੇ ਆ, ਔਨਲਾਈਨ ਬੁੱਕ ਕਰੋ, ਫਿਰ ਉਹਦਾ ਟੈਸਟ ਦੇ ਦਿਓ। ਟੈਸਟ ਦੇ ਕੇ ਥਿਊਰੀ ਜਦੋਂ ਪਾਸ ਹੋ ਗਈ, ਉਹ 'ਚੋਂ ਵੀ 50 ਚੋਂ 43 ਖਰਿਆ 100 ਚੋਂ 85 ਹੁੰਦੇ ਹੈ ਨਾ, ਯਾਨੀ ਕਿ 85% ਨੰਬਰ ਚਾਹੀਦੇ ਹੁੰਦੇ ਤੁਹਾਨੂੰ। ਜਦੋਂ ਉਹ 85% ਨੰਬਰ ਤੁਹਾਡੇ ਆ ਗਏ, CPC ਵੀ ਨਾਲ ਕਰ ਲੈਣਾ। ਉਹ CPC ਇੱਕ ਟੈਸਟ ਹੁੰਦਾ, ਉਹ ਵੀ ਥਿਊਰੀ ਦਾ ਹੀ ਟੈਸਟ ਹੁੰਦਾ ਹੈ ਨਾ। ਉਹ ਜਦੋਂ ਉਹ ਵੀ ਤੁਸੀਂ ਨਾਲ ਕਰ ਲਿਆ, ਫਿਰ ਤੁਸੀਂ ਪ੍ਰੈਕਟੀਕਲ ਦਾ ਕਰਨਾ। ਫਿਰ ਜੇ ਤਾਂ ਤੁਹਾਨੂੰ ਕੋਈ ਬੰਦਾ ਜਾਣਦਾ ਆ, ਹੈ ਨਾ, ਠੀਕ ਆ। ਜੇ ਨਹੀਂ ਜਾਣਦਾ ਫਿਰ ਮੈਨੂੰ ਜਾਂ ਤਾਂ ਤੁਸੀਂ ਥੱਲੇ ਕਮੈਂਟ ਕਰ ਸਕਦੇ ਹਾਂ, ਅਤੇ ਜਾਂ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਕਰ ਸਕਦੇ। ਇੰਸਟਾਗ੍ਰਾਮ ਹੈਗਾ ਲਾਡੀ ਸਹੋਤਾ ਆਪਣਾ ਨਾਮ ਦਾ ਹੀ, ਹੈ ਨਾ। ਤਾਂ ਉੱਥੇ ਤੁਸੀਂ ਮੈਸੇਜ ਕਰ ਦਿਓ ਅਤੇ ਮੈਂ ਤੁਹਾਨੂੰ ਦੱਸ ਦੂੰਗਾ ਕਿ ਕਿਹੜੇ ਏਰੀਏ 'ਚ ਕੀ ਹੋ ਸਕਦਾ ਆ। ਸੋ ਪਲੀਜ਼, ਇਹ ਮੋਟੀ ਮੋਟੀ ਇਨਫੋਰਮੇਸ਼ਨ ਸੀਗੀ। ਹਾਂ, ਫਿਰ ਤੁਸੀਂ ਕਰਨਾ ਆ ਪ੍ਰੈਕਟੀਕਲ, ਪ੍ਰੈਕਟੀਕਲ ਦੇ ਲੈਸਨ ਲੈਣੇ। ਸਭ ਤੋਂ ਪਹਿਲਾਂ ਹੁੰਦੀ ਆ ਤੁਹਾਡੀ ਰਿਵਰਸਿੰਗ ਦੀ, ਠੀਕ ਆ, ਅਤੇ ਨਾਲ ਹੁੰਦੀ ਕਪਲਿੰਗ ਅਨਕਪਲਿੰਗ। ਕਪਲਿੰਗ ਅਨਕਪਲਿੰਗ ਮਤਲਬ ਕਿ ਆਹ ਜਿੱਦਾਂ ਹੁਣ ਟਰੱਕ ਆ ਨਾ, ਇਹਨੂੰ ਇਕੱਲਾ ਇਕੱਲਾ ਕਰਨਾ ਫਿਰ ਜੋੜਨਾ, ਉਹਨੂੰ ਕਪਲਿੰਗ ਅਨਕਪਲਿੰਗ ਹੋ ਗਈ, ਪਲੱਸ ਰਿਵਰਸਿੰਗ ਦੀ ਐਕਸਰਸਾਈਜ਼ ਹੁੰਦੀ ਆ। ਇਹ ਜਦੋਂ ਤੁਹਾਡੀ ਰਿਵਰਸਿੰਗ ਅਤੇ ਕਪਲਿੰਗ ਅਨਕਪਲਿੰਗ 'ਚੋਂ ਪਾਸ ਹੋ ਗਏ ਤੁਸੀਂ, ਫਿਰ ਤੁਸੀਂ ਦੂਜੇ ਨੰਬਰ 'ਤੇ ਹੈਗਾ ਕਿ ਪ੍ਰੈਕਟੀਕਲ ਦੇ ਲੈਸਨ ਨਾਲ ਸ਼ੁਰੂ ਕਰ ਸਕਦੇ ਹਾਂ। ਅਤੇ ਉਹ ਤੋਂ ਬਾਅਦ 'ਚ ਭਾਵੇਂ ਜਦੋਂ ਵੀ ਤੁਹਾਡੀ ਤਿਆਰੀ ਹੁੰਦੀ ਆ, ਉਹ ਤੁਹਾਨੂੰ ਬੰਦੇ ਨੇ ਦੱਸ ਦੇਣਾ ਜਿਹੜਾ ਤੁਹਾਨੂੰ ਟ੍ਰੇਨਡ ਕਰਦਾ ਹੋਊਗਾ ਕਿ ਭਾਈ ਤੇਰਾ ਟੈਸਟ ਇੰਨੇ ਕੁ ਦਿਨਾਂ ਨੂੰ ਹੈਗਾ, ਹੈ ਨਾ। ਅਤੇ ਜਦੋਂ ਇਹ ਤੁਹਾਡਾ ਹੋ ਗਿਆ, ਬਾਬਾ ਸੁੱਖ ਰੱਖੇ, ਗੁੱਡ ਲੱਕ ਟੂ ਯੂ, ਅਤੇ ਫਿਰ ਤੁਸੀਂ ਪਾਸ ਹੋ ਗਏ, ਫਿਰ ਤੁਹਾਡਾ ਇੱਕ ਰਹਿ ਜਾਣਾ CPC ਦਾ ਟੈਸਟ, ਹੈ ਨਾ। ਅਤੇ ਜਿਹੜਾ CPC ਆ ਉਹ ਫਿਰ ਤੁਸੀਂ ਪ੍ਰੈਕਟੀਕਲ ਮੋਡਿਊਲ ਹੁੰਦਾ, ਮੋਡਿਊਲ 4, ਉਹ ਤੁਸੀਂ ਕਰਨਾ ਆ। ਉਹ ਜਦੋਂ ਤੁਸੀਂ ਕਰਨਾ ਆ, ਉਦੋਂ ਬਾਅਦ 'ਚ ਤੁਸੀਂ ਗੱਡੀ ਚਲਾ ਸਕਦੇ, ਨਾਲੇ ਤੁਸੀਂ ਟੈਕੋ ਲਈ ਅਪਲਾਈ ਕਰ ਲੈਣਾ ਅਤੇ CPC ਤੁਹਾਡਾ ਬਣ ਕੇ ਆ ਜਾਣਾ। ਜਦੋਂ ਇਹ ਆ ਗਿਆ ਫਿਰ ਤੁਹਾਨੂੰ ਕੋਈ ਚੱਕਰ ਨਹੀਂ ਹੈਗਾ। ਅਤੇ ਕਲਾਸ 2, ਉਹ ਮੈਂ ਤੁਹਾਨੂੰ ਦੱਸਿਆ, ਆਹ ਜਿੱਦਾਂ ਇਕੱਲਾ ਟਰੱਕ ਆ ਨਾ, ਇਹਨੂੰ ਕਲਾਸ 2 ਕਹਿੰਦੇ ਆ। ਜਿਹੜਾ ਆਹ ਆ, ਯਾਨੀ ਕਿ ਟ੍ਰੇਲਰ ਵਾਲਾ, ਇਹਨੂੰ ਆਪਾਂ ਕਲਾਸ 1 ਕਹਿੰਦੇ ਹਾਂ, ਹੈ ਨਾ। ਸੋ ਇਹ ਫਰਕ ਆ, ਬਟ ਇਹ ਤੁਹਾਡੀ ਮਰਜ਼ੀ ਆ ਹੁਣ ਜੇ ਤੁਸੀਂ ਕਲਾਸ 1 ਕਰਨਾ ਕਿ 2 ਕਰਨਾ। ਪਰ ਜੇ ਤੁਸੀਂ 1 ਕਰਦੇ ਆ, ਫਿਰ ਤੁਸੀਂ ਜਿਹੜਾ ਛੋਟਾ ਟਰੱਕ ਆ ਉਹ ਵਿੱਚੇ ਹੀ ਕਰ ਸਕਦੇ ਆ, ਚਲਾ ਸਕਦੇ ਆ। ਪਰ ਜੇ ਤੁਸੀਂ ਇਕੱਲਾ ਕਲਾਸ 2 ਪਹਿਲਾਂ ਕਰਦੇ ਆ, ਵੀ 4 ਮਹੀਨੇ 6 ਮਹੀਨੇ ਅਸੀਂ ਪ੍ਰੈਕਟਿਸ ਕਰ ਲਈਏ, ਹੈ ਨਾ, ਪਹਿਲਾਂ ਕਦੇ ਕੋਈ ਟਰੈਕਟਰ ਟਰਾਲੀ ਜਾਂ ਹੋਰ ਕੋਈ ਚੀਜ਼ ਨਹੀਂ ਚਲਾਈ, ਫਿਰ ਪਹਿਲਾਂ ਤੁਸੀਂ ਉਹ ਕਰ ਲਓ ਅਤੇ ਬਾਅਦ ਵਿੱਚ ਤੁਸੀਂ ਕਲਾਸ 1 ਕਰ ਲਓ। ਅਤੇ ਮੈਨੂੰ ਲੱਗਦਾ ਮੈਂ ਮੋਟੀ ਮੋਟੀ ਇਨਫੋਰਮੇਸ਼ਨ ਦੇ ਦਿੱਤੀ ਆ, ਬਟ ਜੇ ਫਿਰ ਵੀ ਕੋਈ ਰਹਿ ਗਈ ਤਾਂ ਬੇਨਤੀ ਆ ਕਿ ਥੱਲੇ ਲਿਖ ਦਿਓ, ਮੈਂ ਕੋਸ਼ਿਸ਼ ਕਰੂੰਗਾ। ਜਦੋਂ ਕਿਤੇ ਫਿਰ ਸੂਤ ਆਇਆ, ਸਬੱਬ ਬਣਿਆ, ਤਾਂ ਫਿਰ ਕਿਸੇ ਅਗਲੇ ਵੀਡੀਓ ਦੇ ਵਿੱਚ ਕਰਦੇ ਹਾਂ। ਅਤੇ ਇਹ ਮੈਨੂੰ ਜਿੰਨੀ ਕੁ ਮੋਟੀ ਮੋਟੀ ਇਨਫੋਰਮੇਸ਼ਨ, ਹੈ ਨਾ, ਮੈਨੂੰ ਮਾਇੰਡ ਦੇ ਨਾਲ ਪਤਾ ਆ, ਜਾਣਕਾਰੀ ਆ, ਅਤੇ ਉਹ ਮੈਂ ਦਿੱਤੀ ਆ। ਬਾਕੀ ਹੋ ਸਕਦਾ ਤੁਹਾਡਾ ਕੋਈ ਸਪੈਸੀਫਿਕ ਕੁਐਸਚਨ ਹੋਵੇ। ਹਾਂ, 1-2 ਕੁਐਸਚਨ ਹੁੰਦੇ ਆ ਕਿ ਭਾਅ ਜੀ ਅੱਖਾਂ ਦੇ ਨਾਲ, ਅੱਖਾਂ ਦਾ, ਜੇ ਮੈਂ ਐਨਕਾਂ ਲਾਉਣਾ, ਜੇ ਮੈਂ ਕੰਟੈਕਟ ਲੈਂਸ ਪਾਉਣਾ। ਯਾਰ, ਸਿੱਧੀ ਗੱਲ ਆ, ਚਾਹੇ ਜੇ ਤੂੰ ਐਨਕਾਂ ਲਾਉਣਾ ਆ, ਚਾਹੇ ਜੇ ਤੂੰ ਕੰਟੈਕਟ ਲੈਂਸ ਲਾਉਣਾ ਆ, ਜਾਂ ਤੂੰ ਨੰਗੀਆਂ ਅੱਖਾਂ ਦੇ ਨਾਲ ਇੱਥੋਂ 20 ਮੀਟਰ ਤੋਂ ਨੰਬਰ ਪਲੇਟ ਪੜ੍ਹ ਸਕਦਾ ਆ, ਕੋਈ ਚੱਕਰ ਨਹੀਂ ਹੈਗਾ। ਇਹੀ ਕਾਰ 'ਤੇ ਰੂਲ ਆ, ਇਹੀ ਟਰੱਕ 'ਤੇ ਰੂਲ ਆ, ਇਹੀ ਮੋਟਰ ਬਾਈਕ 'ਤੇ ਰੂਲ ਆ। ਸੋ
ਐਸ ਲੌਂਗ ਐਸ ਉਹਨੇ ਤੈਨੂੰ ਇੱਥੇ ਖੜ ਕੇ ਉਹਨੇ ਕਹਿਣਾ ਉਹ ਨੰਬਰ ਪਲੇਟ ਪੜ੍ਹ ਹੈ ਨਾ ਟੈਸਟ ਸੈਂਟਰ ਦੇ ਵਿੱਚ, ਜੇ ਤਾਂ ਤੂੰ ਪੜ੍ਹ ਲੈਂਦਾ ਆ ਫਿਰ ਤਾਂ ਤੈਨੂੰ ਉਹਨੇ ਅੱਗੇ ਲੈ ਜਾਣਾ, ਜੇ ਨਹੀਂ ਪੜ੍ਹਿਆ ਤਾਂ ਫਿਰ ਉਹਨੇ ਕਹਿਣਾ ਓਕੇ ਬਾਏ ਬਾਏ ਸੀ ਯੂ ਨੈਕਸਟ ਟਾਈਮ ਹੈ ਨਾ, ਜਾਂ ਐਨਕਾਂ ਲਵਾ ਕੇ ਆਇਓ ਜਾਂ ਨਾ ਲਵਾ ਕੇ ਆਇਓ, ਉਹ ਹੁਣ ਤੁਹਾਡੀ ਸਿਰਦਰਦੀ ਬਣ ਜਾਣੀ ਆ। ਸੋ ਇਹੀ ਸੀਗੀਆਂ ਮੋਟੀਆਂ ਮੋਟੀਆਂ ਗੱਲਾਂ, ਬਾਕੀ ਜਿਹੜੀ ਫੀਸ ਆ ਇਹਦੀਆਂ ਡੀਟੇਲਸ ਆ ਉਹ ਜੇ ਤੁਸੀਂ ਗੂਗਲ 'ਤੇ ਪਾਓਗੇ DVSA ਦੀ ਵੈਬਸਾਈਟ ਹੈ ਨਾ ਉੱਥੇ ਤੁਹਾਨੂੰ ਸਾਰੀਆਂ ਡੀਟੇਲਸ ਮਿਲ ਜਾਂਦੀਆਂ, ਉਹ ਕੋਈ ਇੰਨੀ ਵੱਡੀ ਜਾਂ ਦੁਰਲੱਭ ਚੀਜ਼ ਨਹੀਂ ਹੈਗੀ ਵੀ ਤੁਹਾਨੂੰ ਨਾ ਮਿਲੇ ਹੈ ਨਾ। ਅਤੇ ਬਾਕੀ ਹੈਗਾ ਕਿ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਆ ਕੇ ਹੀ ਕਰ ਸਕਦੇ ਹਾਂ। ਹਾਂ ਇੱਕ ਕੁਐਸਚਨ ਹੋਰ ਹੁੰਦਾ ਕਿ ਸਾਡਾ ਜਿਹੜਾ ਉੱਥੇ ਦਾ ਹੈਗਾ ਆ ਲਾਇਸੈਂਸ ਕਨਵਰਟ ਹੋ ਜਾਂਦਾ, ਜਿਹੜੀਆਂ ਹੈਗੀਆਂ ਨਾ EU ਕੰਟਰੀਜ਼ ਆ ਆਸਟ੍ਰੇਲੀਆ ਅਮੈਰੀਕਾ ਕਨੇਡਾ ਆ ਨਿਊਜ਼ੀਲੈਂਡ ਆ, ਇਹਨਾਂ ਦੇ ਲਾਇਸੈਂਸ ਇੱਥੇ ਚੇਂਜ ਹੋ ਜਾਂਦੇ ਆ ਕਿਉਂਕਿ ਇੱਥੇ ਵੀ ਰਾਣੀ ਦਾ ਹੈਗਾ ਨਾ ਮੋਰਚ, ਉੱਥੇ ਰਾਣੀ ਦੀ ਚੱਲਦੀ ਆ ਤਾਂ ਉਹਨਾਂ ਦੇ ਹੋ ਜਾਂਦੇ ਆ। ਸੋ ਬਾਕੀ ਜੇ ਕੋਈ ਜ਼ਿਆਦਾ ਇਨਫੋਰਮੇਸ਼ਨ ਆ ਤੁਸੀਂ www.gov ਯਾਨੀ ਕਿ gov.co.uk 'ਤੇ ਜਾ ਕੇ ਉੱਥੇ ਆਪ ਵੀ ਪੜ੍ਹ ਸਕਦੇ ਆ। ਅਤੇ ਇੰਨਾ ਕੀ ਸੀਗਾ ਵੀਡੀਓ, ਅਤੇ ਮੈਨੂੰ ਲੱਗਦਾ ਮੇਰੀ ਵੀ ਹੁਣ ਨੀਂਦ ਜੀ ਆ ਜਿਹੜੀ ਚਾਂਦੀ ਲੱਗੀ ਆ, ਅਤੇ ਮੈਂ ਵੀ ਥੋੜ੍ਹਾ ਐਕਟਿਵ ਹੋ ਗਿਆ, ਅਤੇ ਬਾਬਾ ਤੁਹਾਨੂੰ ਵੀ ਭਲਾ ਕਰੇ ਅਤੇ ਤੁਹਾਨੂੰ ਵੀ ਗੁੱਡ ਲੱਕ। ਅਤੇ ਮੈਂ ਯਾਰ ਕੋਸ਼ਿਸ਼ ਕਰਦਾ ਹੁੰਦਾ ਵਲੌਗ ਬਣਾਉਣ ਦੀ ਬਟ ਬਣਦਾ ਨਹੀਂ, ਜਾਂ ਕਹਿ ਲਾ ਕਿ ਟਾਈਮ ਨਹੀਂ ਲੱਗਦਾ ਹੈ ਨਾ, ਅਤੇ ਸਾਡੇ ਕੋਲ ਦਾੜੀ ਕਟਾਉਣ ਦਾ ਟਾਈਮ ਨਹੀਂ ਲੱਗਦਾ, ਅਤੇ ਵਲੌਗ ਬਣਾਉਣ ਦੀ ਤਾਂ ਗੱਲ ਹੀ ਛੱਡ ਦੇ ਨਾ। ਹੁਣ ਵੀ ਟਾਈਮ ਸੀਗਾ ਤਾਂ ਚੱਲ ਮੈਂ ਕਿਹਾ ਯਾਰ ਇਹਨੂੰ ਕਿਸੇ ਚੰਗੇ ਪਾਸੇ ਵਰਤ ਲਈਏ, ਅਤੇ ਮੈਨੂੰ ਇਹਨਾਂ ਚੀਜ਼ਾਂ ਦੇ ਨਾਲ ਖੁਸ਼ੀ ਮਿਲਦੀ ਆ ਕਿ ਜੇ ਕਿਸੇ ਭੈਣ ਭਰਾ ਦਾ ਭਲਾ ਹੋ ਜਾਂਦਾ ਅਤੇ ਇਹ ਮੇਰਾ ਦਸਵੰਧ ਹੁੰਦਾ ਹੈ ਨਾ, ਕਿਸੇ ਨੂੰ ਚੰਗੇ ਰਾਹੇ ਪਾ ਦੇਣਾ, ਉਹ ਵੀ ਰੋਜ਼ੀ 'ਤੇ ਲਾ ਦੇਣਾ ਰੋਟੀ 'ਤੇ ਲਾ ਦੇਣਾ, ਅਤੇ ਇਹ ਮੇਰੀ ਸੈਟਿਸਫੈਕਸ਼ਨ ਹੁੰਦੀ ਆ। ਅਤੇ ਜੇ ਕਿਸੇ ਨੂੰ ਚੰਗਾ ਲੱਗਾ ਤਾਂ ਅੰਗੂਠਾ ਉੱਤੇ ਨੂੰ ਕਰ ਦਿਓ, ਜੇ ਨਹੀਂ ਚੰਗਾ ਲੱਗਾ ਕੋਈ ਗੱਲ ਨਹੀਂ ਵੀਰ ਜੀ, ਅਤੇ ਦੁਨੀਆ 'ਤੇ ਹੋਰ ਵੀ ਬਹੁਤ ਸਾਰੇ ਚੰਗੇ ਬੁਰੇ ਕੰਮ ਹੋ ਰਹੇ ਆ ਹੈ ਨਾ। ਅਤੇ ਬਾਕੀ ਬਾਬਾ ਭਲਾ ਕਰੇ ਸਾਰਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਫਿਰ ਮਿਲਦੇ ਅਗਲੇ ਕਿਸੇ ਵੀਡੀਓ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।